ਸਾਡੇ ਪੰਕਜ ਜੀ YouTube ਤੇ ਬੜੇ ਫੇਮਸ ਹਸਤੀ YouTube ਦੀ ਸੋ ਸਾਈਂ ਜੀ ਦੀ ਬੜੀ ਅਪਾਰ ਕਿਰਪਾ ਇਹਨਾਂ ਤੇ ਚਲੋ ਬਾਬਾ ਜੀ ਇੰਨਾ ਇਹਨਾਂ ਦਾ ਆਪਣੀ ਕਿਰਪਾ ਬਣਾਏ ਰੱਖਣ ਸਾਡੇ ਪੰਕਜ ਜੀ ਚੁਮਾਰ ਪੰਕਜ ਜੀ ਜਿਨ੍ਹਾਂ ਦਾ ਇਹ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ ਟੇ ਔਰ ਨਿਊ ਵਲੌਗ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਹੁਸ਼ਿਆਰਪੁਰ ਦੇ ਵਿੱਚ ਅੱਜ ਜਿਹੜਾ ਸਾਈਂ ਬਾਬਾ ਮੰਦਿਰ ਹੈ ਉੱਥੇ ਸਭ ਤੋਂ ਪਹਿਲਾਂ ਭੰਡਾਰਾ ਹੈ ਤੇ ਸ਼ਾਮ ਨੂੰ ਹੈਗੀ ਸਾਈ ਸੰਧਿਆ ਤੇ ਚਲੋ ਲੈ ਕੇ ਚੱਲਦੇ ਆਂ ਪਹਿਲਾਂ ਤੁਹਾਨੂੰ ਕਰਾਉਂਦੇ ਆਂ ਦਰਸ਼ਨ ਤੇ ਉਨੀ ਦੇਰ ਨੂੰ ਲੰਗਰ ਵੀ ਜਿਹੜਾ ਤਿਆਰ ਹੋ ਰਿਹਾ ਆ ਤੇ ਲੰਗਰ ਸ਼ੁਰੂ ਹੋਏ ਨਾ ਬਣੇ ਰਹੋ ਇਸ ਬਲੌਗ 'ਚ ਕਮੈਂਟ ਜ਼ਰੂਰ ਕਰਿਓ ਪਿਆਰ ਦੀ ਸਾਈਂ ਬਾਬਾ ਮੰਦਿਰ ਹੁਸ਼ਿਆਰਪੁਰ ਤੇ ਸਭ ਤੋਂ ਪਹਿਲਾਂ ਜੈ ਸਾਈਂ ਦੀ ਭਾਜੀ ਜੈ ਸਾਈਂ ਤੇ ਸਾਹਮਣੇ ਅੰਦਰ ਹੋ ਰਹੀ ਹੈ ਡੈਕੋਰੇਸ਼ਨ ਤੇ ਉਹ ਵੀ ਫੋਟੋ ਜਲਦ ਪਾ ਦਾਂਗੇ ਦਰਸ਼ਨ ਕਰੋ ਤੁਹਾਨੂੰ ਮਿਲਾਂਦਾ ਆਪਣੇ ਵੱਡੇ ਭਾਜੀ ਅਰਰਾਕ ਭਾਜੀ ਦੇ ਨਾਲ ਭਾਜੀ ਕੀ ਹਾਲ ਹੈ ਸਾਰੇ ਜੈ ਸਾਰੇ ਲੰਗਰ ਤਿਆਰ ਤਿਆਰ ਬਿਲਕੁਲ ਤਿਆਰ ਹੈ ਭਾਜੀ ਲੰਗਰ ਤਿਆਰ ਹੈ ਜੀ ਪੂਰਾ ਦੇਖੋ ਲੱਗਿਆ ਹੋਇਆ ਵਾ ਪੰਡਾਲ ਲੱਗਾ ਪਿਆ ਵਾ ਹਲਵਾਈ ਲੱਗੇ ਹੋਏ ਆ ਜੀ ਆਪਣੇ 12:30 ਵਜੇ ਆਰਤੀ ਤਿਆਰ ਕਰ ਲਓ ਇੱਕ ਵਜੇ ਜੈ ਸਾਈ ਰਾਮ ਭਾਜੀ ਜੈ ਸਾਈ ਲੰਗਰ ਤਿਆਰ ਹੈ ਬਿਲਕੁਲ ਤਿਆਰ ਹੈ ਜੀ ਲੰਗਰ ਤਿਆਰ ਹੈ ਭਾਈ ਸਾਰਾ ਜੀ ਰਾਤੀ ਇਸ ਤੋਂ ਬਾਅਦ ਐਸਟੀਮ ਦਾ ਲੰਗਰ ਦੋਸੇ ਦਾ ਲੰਗਰ ਕੋਲਡ ਡਰਿੰਕ ਦਾ ਲੰਗਰ ਬਤਾ ਦੇ ਜੀ ਅੰਕਿਤ ਕਿੱਥੇ ਅੰਕਿਤ ਮੇਰ ਨਹੀਂ ਆ ਰਿਹਾ ਹਾਂ ਠੀਕ ਹੈ ਇਹ ਸਪੈਸ਼ਲ ਪੁੱਛਿਆ ਗਿਆ ਅੰਕਿਤ ਬਾਰੇ ਤੇ ਇੱਧਰ ਮੰਨ ਲਿਆ ਲੰਗਰ ਡਿਊਟੀ ਲੱਗੀ ਹੈ ਅਨੁਰਾਗ ਭਾਜੀ ਦੀ ਵੱਡੇ ਭਾਜੀ ਕੀ ਤਿਆਰ ਹੋ ਗਿਆ ਭਾਜੀ ਆਹ ਦੇਖੋ ਜੀ ਸਾਡੀ ਗਰਮਾ ਗਰਮ ਕੜੀ ਹੈ ਪਕੌੜੇ ਕੜਕ ਪਕੌੜੇ ਜੀ ਕੜੀ ਨਾਲ ਪਕੌੜੇ ਹੋ ਗਏ कोई गल नी जी कोई गल नी उधर भी आ जाना हलवा तैयार हो गया जी ठीक है दाल होगी तैयार गर्मा गर्म पूरी पूरी निकल रही है ना चने भी दिखाते पूरी निकल रही है जाहो हाँ जी बाबा जी ठीक ठाक लगे हो सेवा दे लो जी चने दाल है मेरे ख्याल है ना ठीक है भाई पंडाल तैयार हो रहा उधर हाँ पंडाल दिखाने पंडाल तैयार हो रहा है ਤੇ ਚਲੋ ਉਧਰ ਚਲੀਏ ਫਿਰ ਭਾਈ ਆਜੋ ਆਜੋ ਭਾਈ ਯਾਦ ਕਰ ਨਾਲ ਹੀ ਆ ਰਮਾਲੀ ਫੁਲਕੇ ਜਿਹੜੇ ਤਿਆਰ ਹੋਣ ਲੱਗੇ ਨੇ ਜਾਹੋ ਜੀ ਤੇ ਆ ਜਿੱਥੇ ਆਪਾਂ ਖੜੇ ਆ ਲੰਗਰ ਤੁਹਾਨੂੰ ਠੀਕ ਹੈ ਥੋੜੀ ਦੇਰ ਇੱਕ ਮਿੰਟ ਬਾਅਦ ਭੋਗ ਲੱਗਣ ਦਾ ਬਾਬਾ ਜੀ ਨੇ ਲੰਗਰ ਸਟਾਰਟ ਹੋ ਜਾਏਗਾ ਠੀਕ ਹੈ ਭਾਜੀ ਤੇ ਜਿਹੜੇ ਆ ਟੇਬਲ ਲੱਗੇ ਸਾਹਮਣੇ ਲੱਗੇ ਰਾਤ ਲਈ ਦੋਸੇ ਜੀ ਸਾਡਾ ਆਈਸਕ੍ਰੀਮ ਸਾਈਂ ਸੰਧਿਆ ਸ਼ੁਰੂ ਹੋਣੀ ਹੈ ਦੋਸਾ ਆਈਸਕ੍ਰੀਮ ਤੇ ਕੋਲਡ ਡਰਿੰਕ ਠੀਕ ਹੈ ਸਾਈਂ ਸੰਧਿਆ ਸਾਡੇ ਆ ਰਹੇ ਪ੍ਰੋਫੈਸਰ ਵਿਵੇਕ ਬਾਜੇ ਨੇ ਮੁਕੇਰੀਆਂ ਤੋਂ ਫੀਟਸੀ ਦੇ ਮੈਂਟਰ ਹੈਗੇ ਆ ਉਹ ਸਾਈਂ ਬਾਬਾ ਜੀ ਦਾ ਗੁਣਗਾਨ ਕਰਨਗੇ ਠੀਕ ਹੈ ਤੇ ਸਾਹਮਣੇ ਬੱਚਿਆਂ ਦੀ ਪਰਫਾਰਮੈਂਸ ਵੀ ਹੈ ਭਾਜੀ 8 ਵਜੇ 8 ਵਜੇ ਸ੍ਰੀ ਸੱਤੇ ਸਾਈਂ ਵਿਦਿਆ ਨਿਕੇਤਨ ਬਾਗਪੁਰ ਦੇ ਬੱਚੇ ਆ ਰਹੇ ਆ ਉਹ ਇੱਕ ਸਾਈਂ ਕਵਾਲੀ ਕਰਨਗੇ ਤੇ ਸਾਈਂ ਜੀ ਦਾ ਇੱਕ ਪਰਫਾਰਮੈਂਸ ਹੈ ਤੇ ਉਹ ਸਾਹਮਣੇ ਭਾਜੀ ਉਹ ਪਹੁੰਚ ਗਏ ਸਾਈਂ ਦਾ ਚਲਿਏ ਫਿਰ ਹਸ ਰਾਤ ਨੂੰ ਜਿਹੜੇ ਅਰੇਂਜਮੈਂਟ ਕੀਤੇ ਗਏ ਨੇ ਭਾਜੀ ਆ ਸਿੰਗਲ ਸਟੇਜ ਤਿਆਰੀਆਂ ਜਿਹੜੀਆਂ ਸਾਰੀਆਂ ਚੱਲਦੀਆਂ ਲਾਈਟਿੰਗ ਵਗੈਰਾ ਹੋ ਚੁੱਕੀ ਆ ਉਹਨੀ ਦੇਰ ਨੂੰ ਜੀ ਜਿਹੜੇ ਸਕੂਲ ਦੇ ਬੱਚੇ ਉਹ ਆ ਗਏ ਹੋਏ ਆ ਠੀਕ ਆ ਜਿਦਾ ਕਿ ਤੁਹਾਨੂੰ ਪਤਾ ਹੈ ਰਾਤ ਨੂੰ ਵੀ ਪਰਫਾਰਮੈਂਸ ਹੈ लो जी अंदर जरा कीर्तन चल रहा है ਠੀਕ ਹੈ ਜੀ ਇੱਥੇ ਤੱਕ ਇਹ ਵੀਡੀਓ ਦੂਸਰੀ ਵੀ ਜਲਦੀ ਆ ਜੂਗੀ ਅਤੇ ਜੋ ਰਾਤ ਦੀ ਵੀਡੀਓ ਸ਼ੂਟ ਕਰਾਂਗੇ ਉਹ ਤੁਹਾਨੂੰ ਪਤਾ ਆ ਉਹ ਮੇਰੇ ਭਗਤੀ ਚੈਨਲ 'ਤੇ
ਹੋਰ ਭਾਜੀ ਕੁਛ ਕਹਿਣਾ ਚਾਹੁੰਦੇ ਆ? ਜੈ ਸਾਈ ਰਾਮ, ਜੈ ਸਾਈ ਰਾਮ।